नारे बोलो यीशु मसीह के नाम की, जो अपने लोगों में जिंदा हाजिर। खुशी नाले ओदा धन्नवाद कर करके लैनी भर के ते आपा चोली पारे पारे के। खुशी नाले ओदा धन्नवाद कर करके लैनी भर के ते आपा चोली पारे पारे के। ओदे सारे सदना खाली जाए प्रभु यीशु दा शुक्र खुशियां दे नाल बंदगी करके जा स्वर्गां विच चढ़िए।
ਸਾਰੇ ਨਾਲ ਮਿਲ ਉਸਤ ਕਰੀਏ ਉਸਤ ਵਿੱਚ ਰੱਬ ਵੱਲਦਾ ਸਾਰੇ ਨਾਲ ਮਿਲ ਉਸਤ ਕਰੀਏ ਉਸਤ ਵਿੱਚ ਰੱਬ ਵੱਲਦਾ ਸਾਰੇ ਨਾਲ ਮਿਲ ਉਸਤ ਕਰੀਏ ਮਹਿਮਾਂ ਦੇ ਲਈ ਰਚਿਆ ਸਾਨੂੰ ਉਹ ਹੈ ਸਿਰਜਣਹਾਰਾ ਮਹਿਮਾਂ ਦੇ ਲਈ ਰਚਿਆ ਸਾਨੂੰ ਉਹ ਹੈ ਸਿਰਜਣਹਾਰਾ ਜਾਨ ਤੋਂ ਵੱਧ ਕੇ ਪਿਆਰ ਹੈ ਕਰਦਾ ਯਸੂ ਬਖਸ਼ਣਹਾਰਾ ਜਾਨ ਤੋਂ ਵੱਧ ਕੇ ਪਿਆਰ ਹੈ ਕਰਦਾ ਯਸੂ ਬਖਸ਼ਣਹਾਰਾ ਉਸ ਦੇ ਨਾਮ ਦਾ ਸਿਮਰਨ ਕਰਕੇ ਉਸ ਦੇ ਨਾਮ ਦਾ ਸਿਮਰਨ ਕਰਕੇ ਭਵ ਸਾਗਰ ਤੋਂ ਕਰੀਏ ਉਸ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਉਸ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਉਸ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਮੂੰਹ ਵੀ ਸਾਨੂੰ ਰੱਬ ਨੇ ਦਿੱਤਾ ਜੀਵ ਤੇ ਦਿਲ ਵੀ ਲਾਏ ਮੂੰਹ ਵੀ ਸਾਨੂੰ ਰੱਬ ਨੇ ਦਿੱਤਾ ਜੀਵ ਤੇ ਦਿਲ ਵੀ ਲਾਏ ਜਿਨ੍ਹਾਂ ਨੇ ਉਸ ਦੀ ਉਸਤ ਕੀਤੀ ਆਖਰ ਨੂੰ ਪਛਤਾਏ ਜਿਨ੍ਹਾਂ ਨੇ ਉਸ ਦੀ ਉਸਤ ਕੀਤੀ ਆਖਰ ਨੂੰ ਪਛਤਾਏ ਯਸੂ ਨਾਮ ਵਿੱਚ ਜੀਣਾ ਆਪਾਂ ਯਸੂ ਨਾਮ ਵਿੱਚ ਯਸੂ ਨਾਮ ਵਿੱਚ ਮਰੀਏ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਉਸਤ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਉਸਤ ਵਿੱਚ ਰੱਬ ਵੱਸਦਾ ਸਾਰੇ ਨਾਲ ਮਿਲ ਉਸਤ ਕਰੀਏ ਆਤਮਾ ਤੇ ਸਚਿਆਈ ਦੇ ਨਾਲ ਉਸਤ ਰੱਬ ਹੈ ਚਾਹੁੰਦਾ ਆਤਮਾ ਤੇ ਸਚਿਆਈ ਦੇ ਨਾਲ ਉਸਤ ਰੱਬ ਹੈ ਚਾਹੁੰਦਾ ਅਲੀਸ਼ਾ ਤੇਮ ਸੋ ਵਚਨ ਤੇ ਚੱਲਦੇ ਉਹ ਰੱਬ ਦੇ ਮਨ ਪਾਉਂਦਾ ਅਲੀਸ਼ਾ ਤੇਮ ਸੋ ਵਚਨ ਤੇ ਚੱਲਦੇ ਉਹ ਰੱਬ ਦੇ ਮਨ ਪਾਉਂਦਾ ਦੋ ਤਾਰੀ ਤਲਵਾਰ ਨੂੰ ਲੈ ਕੇ ਦੋ ਤਾਰੀ ਤਲਵਾਰ ਨਾਲ ਸ਼ੈਤਾਨ ਦੇ ਲੜੀਏ ਲਿਖਿਆ ਜਿੱਥੇ ਲੋਕ ਇਕੱਠੇ ਹੋ ਕੇ ਖੁਦਾ ਦੀ ਇਬਾਦਤ ਕਰਦੇ ਆ ਉਹਦੀ ਵਰਸ਼ਿਪ ਕਰਦੇ ਉਹਦੀ ਬੰਦਗੀ ਕਰਦੇ ਆ ਉਹਦੇ 'ਚ ਖੁਦਾਵੰਦ ਆਪ ਹਾਜ਼ਰ ਨਾਜ਼ਰ ਹੋ ਜਾਂਦਾ ਵਾ ਠੀਕ ਹੈ ਖੁਦਾ ਆਪ ਉਹਨਾਂ ਲੋਕਾਂ ਦੇ ਵਿੱਚ ਆ ਜਾਂਦਾ ਹਾਲੇਲੂਯਾ ਆਹੋ ਕਰੀਏ ਯਸੂ ਦੇ ਗੁਣੇ ਗਾ ਲੋਕੋ ਆਹੋ ਕਰੀਏ ਯਸੂ ਦੇ ਗੁਣੇ ਗਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਹੁੰਦਾ ਨਹੀਂ ਨੁਕਸਾਨ ਲੋਕੋ ਉਹ ਲੋਕੋ ਉਹ ਲੋਕੋ ਆਓ ਕਰੀਏ ਯਸੂ ਦੇ ਗੁਣ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਹੁੰਦਾ ਨਹੀਂ ਨੁਕਸਾਨ ਲੋਕੋ ਕਤਰਾ ਕਤਰਾ ਖੂਨ ਬਹਾਇਆ ਪਾਪੀਆਂ ਨੂੰ ਉਸ ਥਾਨ ਬਚਾਇਆ ਕਤਰਾ ਕਤਰਾ ਖੂਨ ਬਹਾਇਆ ਉਸ ਥਾਨ ਬਚਾਇਆ
ਲੋਕੀ ਖਬਰਾਂ ਵਿੱਚੋਂ ਜਿਉਂਦਾ ਹੋਇਆ ਖਬਰਾਂ ਵਿੱਚੋਂ ਖਬਰ ਲੋਕੀ ਖਬਰਾਂ ਵਿੱਚੋਂ ਜਿਉਂਦਾ ਹੋਇਆ ਖਬਰਾਂ ਵਿੱਚੋਂ ਚਲੇ ਗਿਆ ਅਸਮਾਨ ਲੋਕੋ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਜ਼ਿਆਦਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਜ਼ਿਆਦਾ ਹੁੰਦਾ ਨਾ ਨੁਕਸਾਨ ਲੋਕੋ ਪਵਿੱਤਰ ਬਣਦੇ ਜਾਈਏ ਦਇਆ ਦੇ ਸਾਗਰ ਕੋਲ ਆ ਜਾਈਏ ਪਾਪ ਪਵਿੱਤਰ ਬਣਦੇ ਜਾਈਏ ਦਇਆ ਦੇ ਸਾਗਰ ਕੋਲ ਆ ਜਾਈਏ ਰਹੀਏ ਉਸ ਕਿਨਾਰੇ ਉੱਤੇ ਪੂਰਾ ਫਲ ਦਈਏ ਹਰ ਰੁੱਤੇ ਰਹੀਏ ਉਸ ਕਿਨਾਰੇ ਉੱਤੇ ਪੂਰਾ ਫਲ ਦਈਏ ਹਰ ਰੁੱਤੇ ਸੁਖੀ ਰਹੇਗੀ ਜਾਨ ਲੋਕੋ ਲੋਕੋ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਹੁੰਦਾ ਨਾ ਨੁਕਸਾਨ ਲੋਕੋ ਲੋਕੋ ਯਸੂ ਦੇ ਗੁਣ ਲੋਕੋ ਆਓ ਕਰੀਏ ਯਸੂ ਦੇ ਗੁਣ ਲੋਕੋ ਆਓ ਕਰੀਏ ਰਵੀ ਦੇ ਗੁਣ ਲੋਕੋ ਆਓ ਕਰੀਏ ਸਹਾਰਾ ਬਣਦਾ ਖੁਸ਼ੀਆਂ ਵਿੱਚ ਨਜ਼ਾਰਾ ਬਣਦਾ ਉਹਦੇ ਵਚਨ ਕੀਮਤੀ ਮੋਤੀ ਜ਼ਿੰਦਗੀ ਦਾ ਪਾਣੀ ਤੇ ਰੋਟੀ ਉਹਦੇ ਵਚਨ ਕੀਮਤੀ ਮੋਤੀ ਜ਼ਿੰਦਗੀ ਦਾ ਪਾਣੀ ਤੇ ਰੋਟੀ ਉਹ ਹੈ ਸਾਡਾ ਮਕਾਨ ਲੋਕੋ ਓ ਲੋਕੋ ਓ ਲੋਕੋ ਆਹੋ ਕਰੀਏ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਯਸੂ ਦੇ ਗੁਣ ਗਾਉਣ ਦਾ ਫਾਇਦਾ ਮਿਲਦਾ ਸਭ ਕੁਝ ਲੋੜ ਤੋਂ ਜ਼ਿਆਦਾ ਹੁੰਦਾ ਨਾ ਨੁਕਸਾਨ ਲੋਕੋ ਓ ਕਰੀਏ ਯਸੂ ਦੇ ਗੁਣ ਗਾਉਣ ਲੋਕੋ ਆਓ ਕਰੀਏ ਯਸੂ ਦੇ ਗੁਣ ਗਾਉਣ ਲੋਕੋ ਆਓ ਕਰੀਏ ਯਸੂ ਦੇ ਗੁਣ ਗਾਉਣ ਲੋਕੋ ਆਓ ਕਰੀਏ ਮੰਗੀਏ ਦੁਆ ਦਿਲ ਤੋਂ 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 ਤਾਂ ਸਭ ਕੁਝ ਮਿਲ ਜਾਂਦਾ ਹੋਵੇ ਜੇ ਨੇਚਾ ਤਾਂ ਪਹਾੜ ਵੀ ਹਿੱਲ ਜਾਂਦਾ ਹੋਵੇ ਜੇ ਨੇਚਾ ਤਾਂ ਪਹਾੜ ਵੀ ਹਿੱਲ ਜਾਂਦਾ ਹੋਵੇ ਜੇ ਨੇਚਾ ਤਾਂ ਪਹਾੜ ਵੀ ਹਿੱਲ ਜਾਂਦਾ ਮੰਗੀਏ ਦੁਆ ਦਿਲ ਤੋਂ ਮੰਗੀਏ ਸਭ ਗਾਈਏ ਮੰਗੀਏ ਦੁਆ ਦਿਲ ਤੋਂ 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 ਇਬਰਾਹਿਮ ਦੇ ਵਾਂਗੂ ਸਾਰੇ ਨੇ ਚਾ ਕਰ ਲਈਏ ਬਾਰਾਂ ਸਾਲਾਂ ਦੀ ਰੋਗਣ ਵਾਂਗੂ ਪੱਲਾ ਫੜ ਲਈਏ ਇਬਰਾਹਿਮ ਦੇ ਵਾਂਗੂ ਸਾਰੇ ਨੇ ਚਾ ਕਰ ਲਈਏ ਬਾਰਾਂ ਸਾਲ ਦੀ ਰੋਗਣ ਵਾਂਗੂ ਪੱਲਾ ਫੜ ਲਈਏ ਲੈ ਸ਼ਿਫਾ ਯਸੂ ਕੋਲ ਖੁਸ਼ ਹੋ ਦਿਲ ਜਾਂਦਾ ਲੈ ਸ਼ਿਫਾ ਯਸੂ ਕੋਲ ਖੁਸ਼ ਹੋ ਦਿਲ ਜਾਂਦਾ ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ ਮੰਗੀਏ ਦੁਆ ਦਿਲ ਤੋਂ ਸਭ
ਕੁਝ ਮਿਲ ਜਾਂਦਾ। ਨੇਚਾ ਦੇ ਬਿਨਾ ਯਿਸੂ ਦੇ ਦਿਲ ਨੂੰ ਪਾਉਣਾ ਔਖਾ ਏ, ਨੇਚਾ ਦੇ ਨਾਲ ਮੁਸ਼ਕਿਲ ਕੰਮ ਹੋ ਜਾਂਦਾ ਸੌਖਾ ਏ। ਨੇਚਾ ਦੇ ਬਿਨਾ ਯਿਸੂ ਦੇ ਮਨ ਨੂੰ ਪਾਉਣਾ ਔਖਾ ਏ, ਨੇਚਾ ਦੇ ਨਾਲ ਮੁਸ਼ਕਿਲ ਕੰਮ ਹੋ ਜਾਂਦਾ ਸੌਖਾ ਏ। ਨੇਚਾ ਦੇ ਨਾਲ ਧਰਮੀ ਆਪਣੀ ਮੰਜ਼ਿਲ ਪਾ ਜਾਂਦਾ, ਨੇਚਾ ਦੇ ਨਾਲ ਧਰਮੀ ਆਪਣੀ ਮੰਜ਼ਿਲ ਪਾ ਜਾਂਦਾ। ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ, ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ, ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ, ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ ਜਾਂਦਾ। ਮੰਗਣ ਵਾਲੇ ਨੂੰ ਮਿਲ ਜਾਂਦਾ ਲੱਭ ਜਾਂਦਾ, ਲੱਭਣ ਵਾਲੇ ਨੂੰ ਕਿਸੇ ਚੀਜ਼ ਦੀ ਥੋੜ ਨਾ ਰਹਿੰਦੀ ਪੁੱਤਰ ਰੱਬ ਦੇ ਨੂੰ। ਮੰਗਣ ਵਾਲੇ ਨੂੰ ਮਿਲ ਜਾਂਦਾ ਲੱਭ ਜਾਂਦਾ, ਲੱਭਣ ਵਾਲੇ ਨੂੰ ਕਿਸੇ ਚੀਜ਼ ਦੀ ਥੋੜ ਨਾ ਰਹਿੰਦੀ ਪੁੱਤਰ ਰੱਬ ਦੇ ਨੂੰ। ਜੀਵਨ ਫੁੱਲਾਂ ਵਾਂਗੂ ਸੱਚਮੁੱਚ ਖਿਲ ਜਾਂਦਾ, ਜੀਵਨ ਫੁੱਲਾਂ ਵਾਂਗੂ ਸੱਚਮੁੱਚ ਖਿਲ ਜਾਂਦਾ, ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ 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 ਜਾਂਦਾ। ਨੇਚਾ ਦੇ ਨਾਲ ਕਰਨਾ ਵਾਰਿਸ ਅਮਲ ਜ਼ਰੂਰੀ ਏ, ਅਤ ਦਿਆਲੂ ਯਸੂ ਸਿਰ ਨਾ ਰੱਖਦਾ ਦੂਰੀ ਏ। ਨੇਚਾ ਦੇ ਨਾਲ ਕਰਨਾ ਵਾਰਿਸ ਅਮਲ ਜ਼ਰੂਰੀ ਏ, ਅਤ ਦਿਆਲੂ ਯਸੂ ਸਿਰ ਨਾ ਰੱਖਦਾ ਦੂਰੀ ਏ। ਖੁਸ਼ੀਆਂ ਦੀ ਹੋਵੇ ਬਰਸਾਤ ਤਾਂ ਖੁਸ਼ ਹੋ ਦਿਲ ਜਾਂਦਾ, ਖੁਸ਼ੀਆਂ ਦੀ ਹੋਵੇ ਬਰਸਾਤ ਤਾਂ ਖੁਸ਼ ਹੋ ਦਿਲ ਜਾਂਦਾ, ਮੰਗੀਏ ਦੁਆ ਦਿਲ ਤੋਂ ਸਭ ਕੁਝ ਮਿਲ 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 ਜਾਂਦਾ। ਬਾਈਬਲ ਸਾਨੂੰ ਦੱਸਦੀ ਹੈ ਕਿ ਕੋਈ ਇਨਸਾਨ ਆਪਣੇ ਜਿਸਮ ਦੀ ਤਾਕਤ ਨਾਲ ਖੁਦਾ ਦੀ ਇਬਾਦਤ ਨਹੀਂ ਕਰ ਸਕਦਾ। ਅਸੀਂ ਸਾਰੇ ਫੇਲ ਹੋ ਜਾਂਦੇ ਹਾਂ, ਕਿਸੇ ਨਾ ਕਿਸੇ ਤਰੀਕੇ ਨਾਲ ਡਿੱਗ ਜਾਂਦੇ ਹਾਂ, ਲੇਕਿਨ ਸਾਨੂੰ ਪੂਰਨ ਕਰਨ ਵਾਲਾ ਮਤਲਬ ਕਿ ਪਰਫੈਕਟ ਬਣਾਉਣ ਵਾਲਾ ਕੌਣ ਹੈ? ਸਾਡਾ ਅਸਮਾਨੀ ਬਾਪ। ਯਿਸੂ ਨੇ ਕਿਹਾ ਹੈ ਕਿ ਤੁਸੀਂ ਵੀ ਪੂਰਨ ਬਣੋ, ਵੀ ਆਰ ਪਰਫੈਕਟ ਐਜ਼ ਯੋਰ ਹੈਵਨਲੀ ਫਾਦਰ ਇਜ਼ ਪਰਫੈਕਟ। ਤੁਸੀਂ ਵੀ ਪੂਰਨ ਬਣੋ, ਪੂਰਨ ਮਤਲਬ ਕੰਪਲੀਟ ਹੋ ਜਾਓ, ਜਿਵੇਂ ਤੁਹਾਡਾ ਸਵਰਗੀ ਪਿਤਾ ਪੂਰਨ ਹੈ। ਅਸੀਂ ਹਰ ਹੀਲੇ ਹਰ ਵਸੀਲੇ ਨਾਲ ਖੁਦਾ ਦੀ ਜਿਹੜੀ ਬੰਦਗੀ ਆ, ਇਬਾਦਤ ਆ, ਉਹ ਜਿਹੜੀ ਹੈਗੀ ਆ ਪੂਰੀ ਨੇਚਰ ਦੇ ਨਾਲ, ਪੂਰੇ ਇਮਾਨ ਦੇ ਨਾਲ ਜਿਹੜੀ ਕਰਨੀ ਆ। ਸੋ ਅਸੀਂ ਅਗਲਾ ਇੱਕ ਹੋਰ ਗੀਤ ਗਾਵਾਂਗੇ। ਹਾਲੇਲੂਇਆ, ਥੈਂਕ ਯੂ ਗੋਡ। ਸਾਰੇ ਮਿਲ ਕੇ ਮੇਰੇ ਨਾਲ ਇਹ ਗੀਤ ਗਾਣਾ। ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ। ਅੱਜ ਅਸੀਂ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ, ਵਿਸ਼ਵਾਸ ਅੱਗੇ ਪਹਾੜ ਵੀ ਨਹੀਂ ਖਲੋ ਸਕਦੇ, ਠੀਕ ਹੈ। ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ, ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ। ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ, ਨੇਚਾ ਅੱਗੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ, ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ। ਜੋ ਮੰਗਦਾ ਏ ਸੋ ਪਾਉਂਦਾ ਏ, ਭੁੱਲ ਜਾਵੇ ਜੋ ਖੜਕਾਉਂਦਾ ਏ, ਜੋ ਮੰਗਦਾ ਏ ਸੋ ਪਾਉਂਦਾ ਏ, ਭੁੱਲ ਜਾਵੇ ਜੋ ਖੜਕਾਉਂਦਾ ਏ, ਰਹਿਮਤ ਦਾ ਬਾਨੀ ਯਸੂ ਜੀ ਦੁਖੀਆਂ ਨੂੰ ਸੀਨੇ ਲਾਉਂਦਾ ਏ, ਰਹਿਮਤ ਦਾ ਬਾਨੀ ਯਸੂ ਜੀ ਦੁਖੀਆਂ ਨੂੰ ਸੀਨੇ ਲਾਉਂਦਾ ਏ, ਗਹਿਰੇ ਜ਼ਖਮ ਦਿਲਾਂ ਦੇ, ਗਹਿਰੇ ਜ਼ਖਮ ਦਿਲਾਂ ਦੇ ਯਸੂ ਧੋ ਸਕਦਾ,
ਯੇ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਰੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਰੋ ਸਕਦਾ ਕਰੀਏ ਜੇ ਵਿਸ਼ਵਾਸ ਬੰਦ ਸ਼ੇਰਾਂ ਦੇ ਪੱਠੀਆਂ ਵਿੱਚ ਪਾਏ ਜਾਂਦੇ ਨੇ ਜੋ ਵਿੱਚ ਇਮਾਨ ਦੇ ਪੂਰੇ ਨੇ ਉਹ ਜਦ ਅਜਮਾਏ ਜਾਂਦੇ ਨੇ ਮੂੰਹ ਹੋ ਜਾਂਦੇ ਬੰਦ ਸ਼ੇਰਾਂ ਦੇ ਪੱਠੀਆਂ ਵਿੱਚ ਪਾਏ ਜਾਂਦੇ ਨੇ ਜਿਹਦੀ ਬਾਂਹ ਯਸੂ ਨੇ ਫੜ ਲਈ ਜਿਹਦੀ ਬਾਂਹ ਯਸੂ ਨੇ ਫੜ ਲਈ ਕੋਈ ਨਹੀਂ ਖੋ ਸਕਦਾ ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਖੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਜਗ ਜਾਦੇ ਉਹਨਾਂ ਨੂੰ ਕਰਦਾ ਏ ਜੋ ਨੇਚਾ ਦੇ ਬਾਨੀ ਹੋਏ ਨੇ ਜਗ ਜਾਦੇ ਉਹਨਾਂ ਨੂੰ ਕਰਦਾ ਏ ਜੋ ਨੇਚਾ ਦੇ ਬਾਨੀ ਹੋਏ ਨੇ ਮੈਥੋਂ ਜਲਵੇ ਉਹਨਾਂ ਸੰਤਾਂ ਦੇ ਹੁਣ ਜਾਂਦੇ ਨਾ ਲੁਕੋਏ ਨੇ ਮੈਥੋਂ ਜਲਵੇ ਉਹਨਾਂ ਸੰਤਾਂ ਦੇ ਹੁਣ ਜਾਂਦੇ ਨਾ ਲੁਕੋਏ ਨੇ ਰੱਬ ਦੇ ਕੋਲੋਂ ਕਿਹੜਾ ਰੱਬ ਦੇ ਕੋਲੋਂ ਕਿਹੜਾ ਪਾਪ ਲੁਕੋ ਸਕਦਾ ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਖੋ ਸਕਦਾ ਨੇਚਾ ਅੱਗੇ ਨਹੀਂ ਪਹਾੜ ਖੋ ਸਕਦਾ ਕਰੀਏ ਜੇ ਵਿਸ਼ਵਾਸ ਸਭ ਕੁਝ ਹੋ ਸਕਦਾ ਕਰੀਏ ਜੇ ਵਿਸ਼ਵਾਸ ਉਹ ਹਰ ਨਾਮੁਮਕਿਨ ਕੰਮ ਨੂੰ ਮੁਮਕਿਨ ਕਰ ਦਿੰਦਾ ਇਸ ਕਰਕੇ ਅਸੀਂ ਇਹ ਗੀਤ ਗਾ ਰਹੇ ਕਿ ਨੇਚਾ ਅੱਗੇ ਨੇਚਾ ਮੀਨਸ ਵਿਸ਼ਵਾਸ ਪੰਜਾਬੀ 'ਚ ਨੇਚਾ ਕਹਿੰਦੇ ਨੇ ਉਰਦੂ 'ਚ ਇਮਾਨ ਕਹਿੰਦੇ ਨੇ ਔਰ ਹਿੰਦੀ 'ਚ ਵਿਸ਼ਵਾਸ ਕਹਿੰਦੇ ਨੇ ਕਿ ਜਦੋਂ ਵਿਸ਼ਵਾਸ ਕਰ ਲਿਆ ਦਿਲ ਦੇ ਵਿੱਚ ਫਿਰ ਕੋਈ ਵੀ ਕੰਮ ਮੁਸ਼ਕਲ ਨਹੀਂ ਹੋਏਗਾ ਪਰ ਸਾਡੇ ਵਿੱਚ ਇੱਕ ਕਮਜ਼ੋਰੀ ਆ ਯਸੂ ਮਸੀਹ ਨੇ ਸਾਨੂੰ ਸਾਰਿਆਂ ਨੂੰ ਉਲਾਂਭਾ ਦਿੱਤਾ ਬਾਰ ਬਾਰ ਕਲਾਮ ਦੇ ਵਿੱਚ ਕਿ ਇਹ ਘੱਟ ਇਮਾਨ ਵਾਲਿਓ ਹੈ ਨਾ ਅਸੀਂ ਦੁਨੀਆਦਾਰੀ 'ਚ ਰਹਿੰਦੇ ਹਾਂ ਸਾਡੇ ਅੰਦਰ ਸਾਡਾ ਇਮਾਨ ਜਿਹੜਾ ਘੱਟ ਹੋ ਜਾਂਦਾ ਲੇਕਿਨ ਖੁਦਾ ਚਾਹੁੰਦਾ ਅਸੀਂ ਵਿਸ਼ਵਾਸ ਰੱਖੀਏ ਜਦੋਂ ਵਿਸ਼ਵਾਸ ਰੱਖਾਂਗੇ ਫਿਰ ਪਰਬਤ ਗੀਤ 'ਚ ਲਿਖਿਆ ਕਿ ਪਹਾੜ ਨਹੀਂ ਖਲੋਣਗੇ ਸਾਡੇ ਅੱਗੇ ਪਹਾੜਾਂ ਨੂੰ ਹੁਕਮ ਦਿਓਗੇ ਸਮੁੰਦਰ 'ਚ ਜਾ ਡਿੱਗ ਪੈ ਅਤੇ ਉਹ ਤੁਹਾਡੀ ਗੱਲ ਨੂੰ ਮੰਨ ਲੈਣਗੇ ਸੋ ਇਸ ਕਰਕੇ ਬੜਾ ਇਮਾਨ ਦਾ ਜਿਹੜਾ ਗੀਤ ਹੈ ਫਿਰ ਖੁਦਾ ਕਹਿੰਦਾ ਜੋ ਇਮਾਨ ਦੇ ਵਿੱਚ ਪੱਕੇ ਨੇ ਉਹ ਜਮਾਏ ਵੀ ਜਾਂਦੇ ਨੇ ਠੀਕ ਆ ਜੋ ਵਿੱਚ ਇਮਾਨ ਦੇ ਪੂਰੇ ਨੇ ਉਹ ਜਦ ਅਜਮਾਏ ਜਾਂਦੇ ਨੇ ਮੂੰਹ ਹੋ ਜਾਂਦੇ ਬੰਦ ਸ਼ੇਰਾਂ ਦੇ ਪੱਠੀਆਂ ਵਿੱਚ ਪਾਏ ਜਾਂਦੇ ਨੇ ਜਿਹਦੀ ਬਾਂਹ ਯਸੂ ਨੇ ਫੜ ਲਈ
ਜਿਹਦੀ ਬਾਂਹ ਯਸੂ ਨੇ ਫੜ ਲਈ ਕੋਈ ਨੀ ਖੋ ਸਕਦਾ ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਅੱਜ ਅਸੀਂ ਦੁਆ ਮੰਗਣੀਆਂ ਉਹਨਾਂ ਰਿਸ਼ਤੇਦਾਰਾਂ ਲਈ ਭੈਣ ਭਰਾਵਾਂ ਲਈ ਜੋ ਖੁਦਾ ਤੋਂ ਬਹੁਤ ਦੂਰ ਨੇ ਇਮਾਨ ਦੇ ਨਾਲ ਅੱਜ ਅਸੀਂ ਦੇਸ਼ ਲਈ ਇਸ ਕੌਮ ਲਈ ਗ੍ਰੇਟ ਬ੍ਰਿਟਨ ਲਈ ਦੁਆ ਮੰਗਣੀ ਕਿ ਖੁਦਾਵੰਦ ਤੇਰਾ ਨਾਮ ਇਸ ਦੇਸ਼ ਵਿੱਚ ਮਹਿਮਾ ਪਾਏ ਸਾਰੀਆਂ ਸ਼ੈਤਾਨੀ ਤਾਕਤਾਂ ਕੂਤਾਂ ਦਾ ਨਾਸ਼ ਹੋਵੇ ਯਿਸੂ ਦੇ ਨਾਮ ਨੂੰ ਸਾਰਾ ਜਲਾਲ ਔਰ ਇਸ ਦੇਸ਼ ਵਿੱਚ ਮਹਿਮਾ ਮਿਲੇ ਤਾਂ ਹੀ ਹੋਏਗਾ ਅਗਰ ਅਸੀਂ ਇਮਾਨ ਰੱਖਾਂਗੇ ਔਰ ਅਗਲੀ ਲਾਈਨ 'ਚ ਲਿਖਿਆ ਇਬਰਾਨੀਆਂ ਦੀ ਕਿਤਾਬ ਉਹਦਾ 11 ਚੈਪਟਰ ਦਾ ਸਾਰਾ ਜਿਹੜੇ ਇਹਦੀਆਂ ਲਾਈਨਾਂ ਲਿਖੀਆਂ ਨੇ ਕਹਿੰਦਾ ਜੱਗ ਯਾਦ ਉਹਨਾਂ ਨੂੰ ਕਰਦਾ ਜੇ ਜੋ ਨੇਚਾ ਦੇ ਜਿਹਨਾਂ ਨੇ ਇਮਾਨ ਰੱਖਿਆ ਸੀ ਤੁਸੀਂ ਇਬਰਾਹਿਮ ਦਾ ਇਮਾਨ ਦੇਖਾਂਗੇ ਬੜੇ ਬੜੇ ਖੁਦਾ ਦੇ ਖਾਦਮਾਂ ਦਾ ਇਮਾਨ ਦੇਖਾਂਗੇ ਜਿਹਨਾਂ ਨੇ ਸ਼ੇਰਾਂ ਦੇ ਮੂੰਹ ਬੰਦ ਕਰਤੇ ਪੱਠੀਆਂ ਵਿੱਚੋਂ ਜਿਉਂਦੇ ਆ ਗਏ ਤਲਵਾਰਾਂ ਨਾਲ ਕੱਟੇ ਗਏ ਇਬਰਾਨੀਆਂ ਦੀ 11 ਚ ਸਾਰਾ ਕਹਿੰਦਾ ਜੱਗ ਜਾਦੇ ਉਹਨਾਂ ਨੂੰ ਕਰਦਾ ਜੇ ਨੇਚਾ ਦੇ ਬਾਨੀ ਹੋਏ ਨੇ ਮੈਥੋਂ ਜਲਵੇ ਉਹਨਾਂ ਸੰਤਾਂ ਦੇ ਹੁਣ ਜਾਂਦੇ ਨਾ ਲਕੋਏ ਨੇ ਰੱਬ ਦੇ ਕੋਲੋਂ ਕਿਹੜਾ ਰੱਬ ਦੇ ਕੋਲੋਂ ਕਿਹੜਾ ਪਾਪ ਲੁਕੋ ਸਕਦਾ ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਪਰ ਪ੍ਰਭੂ ਏਲੀਆ ਨੇ ਦੁਆ ਮੰਗੀ ਕਿ ਖੁਦਾਵੰਦ ਇਸ ਧਰਤੀ ਤੇ ਮੀਂਹ ਨਾ ਪਵੇ ਸੱਚਮੁੱਚ ਮੀਂਹ ਨਹੀਂ ਪਿਆ ਏਲੀਆ ਨੇ ਫਿਰ ਦੁਆ ਮੰਗੀ ਮੀਂਹ ਪੈ ਜਾਏ ਔਰ ਮੀਂਹ ਪੈ ਗਿਆ ਇਹ ਕਿਹਦੀਆਂ ਗੱਲਾਂ ਨੇ ਇਮਾਨ ਦੀਆਂ ਗੱਲਾਂ ਨੇ ਵਿਸ਼ਵਾਸ ਦੀਆਂ ਗੱਲਾਂ ਨੇ ਅੱਜ ਸਾਨੂੰ ਖੁਦਾ ਨੇ ਇਸ ਲਈ ਬੁਲਾਇਆ ਕਿ ਅਸੀਂ ਵਿਸ਼ਵਾਸੀ ਲੋਕ ਬਣ ਕੇ ਉਹਦੀ ਅਸੀਂ ਇਬਾਦਤ ਕਰੀਏ ਇੱਕ ਅਸੀਂ ਗੀਤ ਹੋਰ ਗਾਵਾਂਗੇ ਜੇ ਕੋਈ ਪੁੱਛੇ ਸਭ ਤੋਂ ਪਿਆਰਾ ਕੌਣ ਹੈ ਯਸੂ ਦਾ ਨਾਮ ਲੈ ਦਿਆਂ ਯਸੂ ਦਾ ਨਾਮ ਲੈ ਦਿਆਂ ਜੇ ਕੋਈ ਪੁੱਛੇ ਜੱਗ ਤੇ ਸਹਾਰਾ ਕੌਣ ਹੈ ਯਸੂ ਦਾ ਨਾਮ ਲੈ ਦਿਆਂ ਯਸੂ ਦਾ ਨਾਮ ਲੈ ਦਿਆਂ ਜੇ ਕੋਈ ਪੁੱਛੇ ਸਭ ਤੋਂ ਪਿਆਰਾ ਕੌਣ ਹੈ ਉਹਦੇ ਕਹਿਣੇ ਉੱਤੇ ਉੱਠ ਮੁਰਦੇ ਨਿਖਾੜਦੇ ਉਹਦੇ ਕਹਿਣੇ ਉੱਤੇ ਉੱਠ ਮੁਰਦੇ ਨਿਖਾੜਦੇ ਸਾਰਿਆਂ ਨੂੰ ਕਰੇਦਾ ਸਾਰਿਆਂ ਨੂੰ ਕਰੇਦਾ ਇਸ਼ਾਰਾ ਕੌਣ ਹੈ ਸਭ ਤੋਂ ਪਿਆਰਾ ਕੌਣ ਹੈ ਯਿਸੂ ਦਾ ਨਾਮ ਯਿਸੂ ਦਾ ਨਾਮ ਯਿਸੂ ਦਾ ਨਾਮ ਯਿਸੂ ਦਾ ਨਾਮ ਲੈ ਦਿਆ ਉਹਦੇ ਕਹਿਣੇ ਉੱਤੇ ਨਦੀਆਂ ਵੀ ਸੁੱਕ ਜਾਂਦੀਆਂ ਉਹਦੇ ਕਹਿਣੇ ਉੱਤੇ ਨਦੀਆਂ ਵੀ ਸੁੱਕ ਜਾਂਦੀਆਂ ਉਹਦੇ ਕਹਿਣੇ ਉੱਤੇ ਲਹਿਰਾਂ ਵੀ ਸੁੱਕ ਜਾਂਦੀਆਂ ਉਹਦੇ ਕਹਿਣੇ ਲਹਿਰਾਂ ਵੀ ਥੰਮ ਜਾਂਦੀਆਂ ਡੁੱਬਦੇ ਹੋਇਆਂ ਦਾ ਡੁੱਬਦੇ ਹੋਇਆਂ ਦਾ ਸਹਾਰਾ ਕੌਣ ਹੈ ਯਿਸੂ ਦਾ ਨਾਮ ਯਿਸੂ ਦਾ ਨਾਮ ਯਿਸੂ ਦਾ ਨਾਮ ਲੈ ਦਿਆਂ ਯਿਸੂ ਦਾ ਨਾਮ ਬੱਦਲਾਂ ਤੇ ਗਿਆ ਕਰ ਕਰਨ ਤਿਆਰਿਓ ਬੱਦਲਾਂ ਤੇ ਗਿਆ ਕਰ ਕਰਨ ਤਿਆਰਿਓ ਪੁੱਛੇ ਤੇਰੇ ਜਣ ਜੇ ਕੋਈ ਪੁੱਛੇ ਤੇਰੇ ਜਣ ਸਾਰਾ ਕੌਣ ਹੈ ਯਿਸੂ ਦਾ ਨਾਮ ਲੈ ਦੇ ਯਿਸੂ ਦਾ ਨਾਮ ਯਿਸੂ ਦਾ ਨਾਮ ਯਿਸੂ ਦਾ ਨਾਮ ਲੈ ਦਿਆਂ ਜੇ ਕੋਈ ਪੁੱਛੇ ਸਭ ਤੋਂ ਪਿਆਰਾ ਕੌਣ ਹੈ ਲੈਣੇ ਹੋਣਾ ਏ ਬੱਦਲਾਂ ਦੇ ਉੱਤੇ ਉਹਨੇ ਸਾਨੂੰ
शुक्र करती हूँ आज के दिन के लिए, खुदा बाप जी इस साल के लिए, खुदा बाप तेरा शुक्र करती हूँ कि आपने फिर से हमें ये मौका अता किया कि हम सब मिलकर खुदा बाप तेरा शुक्र कर सकें इस नए साल के लिए। खुदा बाप जी मैं शुक्र करती हूँ और खुदा बाप जी मिन्नत करती हूँ आपसे कि यीशु नासरी जी आज आप हमें इतनी बरकत दो और खुदा बाप जी सबको एक एक को रूह से मामूर करो। और खुदा बाप जी जैसे हमने पिछले साल खुदा बाप जी किसी किस्म की भी कोई कुताही हमने की हो या गलती की हो, खुदा बाप जी इंसान होने के नाते हमने बहुत सी गलतियां की हैं पिछले साल में, और खुदा बाप जी इस साल में हमें ये तौफीक बख्शो कि खुदा बाप जी हम आपके साथ चलें, और खुदा बाप जी इस नए साल में खुदा बाप जी हम कोई ऐसी गलती ना करें, कोई ऐसी बात ना करें जिससे आपको दुख पहुंचे। खुदा बाप आप हम सब के साथ हो इस वक्त इस इबादत में। खुदा बाप जी आपने कहा जहां एक या दो मेरा नाम लेंगे मैं वहां पर ज़रूर हाजिर होगा। खुदा बाप इस वक्त मैं ये कह सकती हूं और इस मेरा ईमान है कि इस वक्त आप यहां पर मौजूद हो। खुदा बाप आप हमारे साथ हो, आप हम सब के साथ हो, और खुदा बाप जो इस वक्त इस इबादत में नहीं आ सके किसी भी वजह से, खुदा बाप आप उनके भी साथ हो, और खुदा बाप जो आ रहे हैं खुदा बाप उनकी पूरे रास्ते में उनकी रखवाली और निगाहबानी करो, वो खैरियत से यहाँ पर पहुँचें, और खुदा बाप जी इस इबादत में खुदा बाप जी वो भी ज़रूर शामिल हों। खुदा बाप हम सब के साथ हो, मांगती हूँ तेरे ही पवित्र और जलाली नाम से। एक हक दिता हर दुख बीमारी और लानत ते यीशु ने सानू हक दिता। सानू इस गल दा इलम नहीं लेकिन बाइबल सानू दसदी है, लूका दी किताब 10:17 लिखा, वेखो मैं तानू सप्पां और चूहियां दे लताड़न दा और वैरी दी सारी शक्ति उत्ते अख्तियार दिता है, कोई भी चीज़ तुहाडा नुकसान ना करेगी। साढ़े पास सारे हथियार ने लेकिन असी इस्तेमाल नहीं करते। असी अगला गीत गाने कि जो दुख बीमारी आनी है असू हुक्म देना यीशु के नाम, ठीक है। ओ जा चली जा बीमारी, ए शरीर है यीशु दा, ओ जा चली जा बीमारी, ए शरीर यीशु दा, ओ जा चली जा बीमारी, ए शरीर यीशु दा। यीशु ने मैनू दिल च बसाया, यीशु ने मैनू दिल च बसाया, यीशु ने मैनू जीना सिखाया, यीशु ने मैनू जीना सिखाया। ओए ओदा शुक्र गुजारिए, ओए ओदा शुक्र गुजारिए, ए शरीर है जा बीमारिए, ए शरीर यीशु दा, ओ जा चली जा बीमारिए, ए शरीर यीशु दा। चाहे शैतान जिन्ने दुख ले आवे, चाहे शैतान जिन्ने दुख ले आवे, मेरा ईमान ना जगमगावे, मेरा ईमान ना जगमगावे, ओ कदी हिम्मत ना हारिए, ओ कदी हिम्मत ना हारिए, ओ जा चल जा बीमारिए, ए शरीर यीशु दा, ओ जा चली जा बीमारिए, ए शरीर यीशु दा। मेरे लिए तू खून बहाया, मेरे लिए तू खून बहाया, दुखा बीमारियां ते हसना
ਦੁੱਖਾਂ ਬਿਮਾਰੀਆਂ ਤੇ ਹੱਸਣਾ ਸਿਖਾਇਆ, ਦੁੱਖਾਂ ਬਿਮਾਰੀਆਂ ਤੇ ਹੱਸਣਾ ਸਿਖਾਇਆ। ਉਹ ਸਦਾ ਯਿਸੂ ਨੂੰ ਪੁਕਾਰੀਏ, ਉਹ ਸਦਾ ਯਿਸੂ ਨੂੰ ਪੁਕਾਰੀਏ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦਾ ਭਵਨ ਹੋ? ਨੋ ਯੂ ਨੋਟ ਦੈਟ ਯੂ ਆਰ ਦਾ ਟੈਂਪਲ ਆਫ ਦਾ ਹੋਲੀ ਸਪਿਰਿਟ ਆਫ ਗੋਡ? ਅਸੀਂ ਸੱਚਮੁੱਚ ਖੁਦਾ ਦੀ ਹੈਕਲ ਵਾਂ, ਇਹਦੇ ਵਿੱਚ ਖੁਦਾ ਵੱਸਦਾ ਵਾ, ਇਹਦੇ ਵਿੱਚ ਦੁੱਖ ਬਿਮਾਰੀਆਂ ਨਹੀਂ ਵਸਣੀਆਂ ਚਾਹੀਦੀਆਂ। ਸੋ ਸਾਨੂੰ ਯਿਸੂ ਮਸੀਹ ਦਾ ਨਾਂ ਲੈ ਕੇ ਬਿਮਾਰੀਆਂ ਨੂੰ ਹੁਕਮ ਦੇਣਾ ਵਾ। ਯਿਸੂ ਮਸੀਹ ਦੇ ਨਾਮ ਸਿਰ ਦੀ ਦਰਦ, ਯਿਸੂ ਮਸੀਹ ਦੇ ਨਾਮ ਜੋੜਾਂ ਦੀ ਦਰਦ, ਯਿਸੂ ਮਸੀਹ ਦੇ ਨਾਮ ਧੂਈ ਦੀ ਦਰਦ, ਯਿਸੂ ਮਸੀਹ ਦੇ ਨਾਮ ਹਰ ਤਰ੍ਹਾਂ ਦੀ ਬਵਾ ਬਿਮਾਰੀ ਜਿਹੜੀ ਆ ਚਲੀ ਜਾਵੇ। ਔਰ ਹਰ ਚੀਜ਼ ਉਹਦਾ ਹੁਕਮ ਮੰਨਦੀ ਆ, ਯਿਸੂ ਮਸੀਹ ਦਾ ਹੁਕਮ ਹਰ ਚੀਜ਼ ਮੰਨਦੀ, ਕਿਉਂਕਿ ਉਹ ਖੁਦਾ ਦਾ ਬੇਟਾ ਹੈ। ਅਸੀਂ ਇਸ ਵਰਸ਼ਿਪ ਨੂੰ, ਇਬਾਦਤ ਨੂੰ ਜਾਰੀ ਰੱਖਾਂਗੇ। ਸੁਨਾਮ ਮੇਲਾ ਯਿਸੂ ਨਾਮ ਮੇਲਾ, ਮੇਰਾ ਜੀਵਨ ਸੰਵਰ ਗਿਆ, ਮੇਰਾ ਜੀਵਨ ਸੰਵਰ ਗਿਆ। ਯਿਸੂ ਨਾਮ ਮੇਲਾ, ਯਿਸੂ ਨਾਮ ਮੇਲਾ, ਮੇਰਾ ਪਾਤਾ ਹੈ।
Yes, tere lahu
ਨਾ ਟਾਲਦਾ ਵਚਨ ਅਟਲ ਤੇਰਾ ਕਦੇ ਵੀ ਨਾ ਟਾਲਦਾ ਤੇਰੇ ਲੋਕਾਂ ਤੇ ਜਾਦੂ ਸੋਹਣਾ ਨਾ ਚੱਲਦਾ ਤੇਰੇ ਲੋਕਾਂ ਤੇ ਜਾਦੂ ਸੋਹਣਾ ਨਾ ਚੱਲਦਾ ਜਿਹਦਾ ਵਿਸ਼ਵਾਸ ਪੂਰਾ ਹੈ ਯਸ ਤੇਰੇ ਲਹੂ ਦੀ ਜੈ ਓ ਜਿਹਦਾ ਵਿਸ਼ਵਾਸ ਪੂਰਾ ਹੈ ਜੇ ਨਾ ਲਾ ਲੀਆਂ ਬੈਠੇ ਬੰਦਗੀ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਗਾਉਂਦੇ ਭਜਨੇ ਵਜਾਉਂਦੇ ਨਾਲ ਤਾੜੀਆਂ ਬੈਠੇ ਬੰਦਗੀ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਯਤਨਾ ਪ੍ਰੀਤਾਂ ਦੇ ਨਾ ਲਾ ਲੀਆਂ ਬੈਠੇ ਬੰਦਗੀ ਦੇ ਵਿੱਚ ਕਿੰਨੇ ਸੋਹਣੇ ਲੱਗਦੇ ਆਤਮਾ ਦੇ ਵਿੱਚ ਭਰਪੂਰ ਰਹਿੰਦੇ ਨੇ ਯਤਨਾ ਦਾ ਬੈਠ ਕੇ ਸਰੂਰ ਲੈਂਦੇ ਨੇ ਆਤਮਾ ਦੇ ਵਿੱਚ ਭਰਪੂਰ ਰਹਿੰਦੇ ਨੇ ਯਤਨਾ ਦਾ ਬੈਠ ਕੇ ਸਰੂਰ ਲੈਂਦੇ ਨੇ ਗਾਉਂਦੇ ਭਜਨੇ ਵਜਾਉਂਦੇ ਨਾਲ ਤਾੜੀਆਂ ਸੱਚਮੁੱਚ ਆਪਣੇ ਪ੍ਰਭੂ ਦੀ ਆਰਾਧਨਾ ਉਹਦੀ ਵਰਸ਼ਿਪ ਉਹਦੀ ਸਤੁਤੀ ਗਾ ਰਹੇ ਹਾਂ।
ਜਿਵੇਂ ਅਸੀਂ ਭਜਨ ਗਾਇਆ ਸੀ ਕਿ ਉਸਤਤ ਵਿੱਚ ਰੱਬ ਵੱਸਦਾ, ਸਾਰੇ ਰਲ ਮਿਲ ਉਸਤਤ ਕਰੀਏ, ਇੱਕ ਬੰਦੇ ਦਾ ਸ਼ੋਅ ਨਹੀਂ। ਨਾ ਖੁਦਾ ਨੇ ਇੱਕ ਬੰਦੇ ਨੂੰ ਧਰਤੀ 'ਤੇ ਰੱਖਿਆ, ਇੱਕ ਸੀ ਤਾਂ ਉਹਦਾ ਬੇਟਾ ਸੀ, ਪਰ ਹੁਣ ਅਸੀਂ ਸਾਰੇ ਰਲ ਮਿਲ ਕੇ ਖੁਦਾ ਦੀ ਕੀ ਕਰਦੇ ਹਾਂ, ਇਬਾਦਤ ਕਰਦੇ ਹਾਂ। ਕਿਉਂਕਿ ਪਾਲੂਸ ਔਰ ਸਾਲਿਸ ਜਦੋਂ ਅੱਧੀ ਰਾਤ ਨੂੰ ਵਰਸ਼ਿਪ ਕਰ ਰਹੇ ਸੀ, ਬਾਈਬਲ 'ਚ ਲਿਖਿਆ ਜੇਲ੍ਹਾਂ ਦੇ ਦਰਵਾਜ਼ੇ ਖੁੱਲ੍ਹ ਗਏ। ਜਿਹੜੇ ਲੋਕ ਸੱਚੇ ਮਨੋ ਰੱਬ ਦੀ ਵਰਸ਼ਿਪ ਕਰਦੇ ਨੇ, ਇਬਾਦਤ ਕਰਦੇ ਨੇ, ਉਹਨਾਂ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹ ਜਾਂਦੇ ਨੇ, ਉਹਨਾਂ ਦੇ ਜਿਹੜੇ ਬੰਦਗੀ ਕਰਦੇ ਨੇ। ਮੈਂ ਤੁਹਾਨੂੰ ਯਾਦ ਦਿਲਾਉਣਾ, ਯਸੂ ਮਸੀਹ ਦੇ ਸਮੇਂ ਬਹੁਤੇ ਲੋਕ ਭੀੜਾਂ ਦੇ ਵਿੱਚ ਤਮਾਸ਼ਾ ਦੇਖਣ ਵਾਲੇ ਸੀ, ਯਸੂ ਦੇ ਪਿੱਛੇ ਚੱਲਣ ਵਾਲੇ ਬਹੁਤ ਘੱਟ ਸਨ, ਜਿਨ੍ਹਾਂ ਦੇ ਦਿਲ 'ਚ ਇਹ ਸੱਚਾਈ ਸੀ ਕਿ ਉਹ ਯਸੂ ਨੂੰ ਵੇਖਣ ਆਏ ਜਾਂ ਮਿਲਣ ਆਏ ਨੇ। ਉਹਨਾਂ ਵਿੱਚ ਇੱਕ ਬੰਦਾ ਜੱਕੀ ਸੀ, ਅਤੇ ਖੁਦਾ ਨੇ ਕਿਹਾ ਅੱਜ ਮੈਂ ਤੇਰੇ ਘਰ ਆਉਣਾ ਆਇਆ। ਸੋ ਇਹੋ ਜਿਹੇ ਲੋਕ ਬਹੁਤ ਘੱਟ ਨੇ, ਬਹੁਤੇ ਅੱਜ ਵੀ ਬਹੁਤੇ ਲੋਕ ਆਪਣੇ ਨੂੰ ਮਸੀਹ ਕਹਿੰਦੇ ਨੇ, ਲੇਕਿਨ ਯਸੂ ਦੇ ਮਗਰ ਚੱਲਣ ਵਾਲੇ ਬਹੁਤ ਘੱਟ ਨੇ। ਅਸੀਂ ਇੱਕ ਬਹੁਤ ਘੱਟ ਸੁਰ ਵਾਲਾ, ਨੀਵੀਂ ਸੁਰ ਵਾਲਾ ਗੀਤ ਗਾਵਾਂਗੇ। ਗਾ ਖੁਦਾ ਦੂਰ ਜਾਵੇ ਨਾ ਖੁਦਾ, ਨੇੜੇ ਆਵੇਗਾ ਖੁਦਾ, ਦੂਰ ਜਾਵੇ ਨਾ ਖੁਦਾ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਹਾਲੇਲੂਇਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਨੇੜੇ ਆਵੇਗਾ ਖੁਦਾ, ਦੂਰ ਜਾਵੇ ਨਾ ਖੁਦਾ, ਨੇੜੇ ਆਵੇਗਾ ਖੁਦਾ, ਦੂਰ ਜਾਵੇ ਨਾ ਖੁਦਾ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਹਾਲੇਲੂਇਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਜੋ ਚਿਰਾਂ ਤੋਂ ਬੰਦ ਪਏ ਤੇਰੇ ਸਭ ਦਰਵਾਜ਼ੇ ਖੁੱਲ ਜਾਣੇ, ਜੋ ਚਿਰਾਂ ਤੋਂ ਬੰਦ ਪਏ ਤੇਰੇ ਸਭ ਦਰਵਾਜ਼ੇ ਖੁੱਲ ਜਾਣੇ, ਉਹ ਸਾਂਭ ਸਾਂਭ ਕੇ ਰੱਖਦਾ ਹੈ ਜੋ ਤੇਰੇ ਹੰਝੂ ਡੁੱਲ ਜਾਣੇ, ਉਹ ਸਾਂਭ ਸਾਂਭ ਕੇ ਰੱਖਦਾ ਹੈ ਜੋ ਤੇਰੇ ਹੰਝੂ ਡੁੱਲ ਜਾਣੇ, ਜਰੀ ਹੋਦੀਆਂ ਦੀਵਾਰਾਂ ਨੂੰ, ਜਰੀ ਹੋਦੀਆਂ ਦੀਵਾਰਾਂ ਨੂੰ ਉਹ ਦੇਵੇਗਾ ਗਿਰਾ, ਤੂੰ ਕਰੀ ਜਾ ਦੁਆ, ਸਾਗਰ ਚੋਂ ਰਾਹਾਂ ਕੱਢਦਾ ਏ, ਉਹ ਉਲਟੀ ਨਦੀ ਵਹਾਉਂਦਾ ਏ, ਸਾਗਰ ਚੋਂ ਰਾਹਾਂ ਕੱਢਦਾ ਏ, ਕਮਜ਼ੋਰ ਮਾਰਦੇ ਜੋਧਿਆਂ ਨੂੰ ਉਹ ਐਸੀ ਸ਼ਕਤੀ ਭਰਦਾ ਏ, ਕਮਜ਼ੋਰ ਮਾਰਦੇ ਜੋਧਿਆਂ ਨੂੰ ਉਹ ਐਸੀ ਸ਼ਕਤੀ ਭਰਦਾ ਏ, ਸੁੱਕੀਆਂ ਹੱਡੀਆਂ ਉੱਤੇ ਵੀ ਉਹ, ਸੁੱਕੀਆਂ ਹੱਡੀਆਂ ਉੱਤੇ ਵੀ ਉਹ ਦੇਵੇ ਮਾਸ ਚੜਾ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਨੇੜੇ ਆਵੇਗਾ ਖੁਦਾ, ਦੂਰ ਜਾਵੇ ਨਾ ਖੁਦਾ, ਨੇੜੇ ਆਵੇਗਾ ਖੁਦਾ, ਦੂਰ ਜਾਵੇ ਨਾ ਖੁਦਾ, ਤੂੰ ਕਰੀ ਜਾ ਦੁਆ, ਆਪਣਿਆਂ ਲੋਕਾਂ ਲਈ ਪੱਥਰਾਂ ਤੋਂ ਤੇਲ ਨੂੰ ਕੱਢਦਾ ਏ, ਉਹ ਤਾਂ ਆਪਣਿਆਂ ਲੋਕਾਂ ਲਈ ਪੱਥਰਾਂ ਚੋਂ ਤੇਲ ਨੂੰ ਕੱਢਦਾ ਏ, ਸੁੱਕਿਆ ਖੂਹਾਂ ਤੋਂ ਪਾਣੀ ਨਿਕਲੇ ਕੰਮ ਅਨੋਖੇ ਕਰਦਾ ਏ, ਸੁੱਕਿਆ ਖੂਹਾਂ ਤੋਂ ਪਾਣੀ ਨਿਕਲੇ ਕੰਮ ਅਨੋਖੇ ਕਰਦਾ ਏ, ਪਰਸਦਾਸ ਦੇ ਕੋਲੋਂ ਲੈਂਦਾ, ਰਵਿਦਾਸ ਦੇ ਕੋਲੋਂ ਲੈਂਦਾ, ਗੀਤਾਂ ਨੂੰ ਗਵਾ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ ਦੁਆ, ਤੂੰ ਕਰੀ ਜਾ, ਨੇੜੇ ਆਵੇਗਾ ਖੁਦਾ,
ਉਹ ਕਿੰਨਾ ਭਾਗਾਂ ਵਾਲਾ ਹੁੰਦਾ ਉਹ ਵਿਹੜਾ ਜਿੱਥੇ ਸੰਗਤਾਂ ਲਾਉਂਦੀਆਂ ਡੇਰਾ ਖੁਦਾ ਦੀ ਜਿੰਦਾ ਹਾਜ਼ਰ ਹੈ। ਥੈਂਕ ਯੂ।